टीचर्स को 8 गारंटी दे रहा हूं, आज केवल टीचर्स के लिए आया हूं। टीचर्स के कुछ ऐसे मसले हैं जिनको इमरजेंसी बेसिस के ऊपर उनका समाधान करना जरूरी है। पंच सरपंच नु अपना पग दा लड़ बना के भेजूंगा, पंजाब दा मॉडल ला के भेजूंगा, इज्जत दे के भेजूंगा। पंजाब दीआं विधानसभा चोणां आईआं तां वख-वख सियासी पार्टियां ने लोकां नूं लुभाउण लई कई कोशिशां कीतीआं। पार्टियां वल्लों हर वार दी तरहां इस वार वी कई चोण वादे कीते गए, पर इस वार जो वख सी ਉਹ ਉਹਨਾਂ ਵਾਅਦਿਆਂ ਦੀ ਪੇਸ਼ਕਾਰੀ ਦਾ ਅੰਦਾਜ਼ ਸੀ। ਕਿਸੇ ਨੇ ਇਹਨਾਂ ਨੂੰ ਗਰੰਟੀ ਦੱਸਿਆ ਤਾਂ ਕਿਸੇ ਨੇ ਪੰਜਾਬ ਮਾਡਲ। ਇਸ ਵੀਡੀਓ ਰਾਹੀਂ ਅਸੀਂ ਦੇਖਾਂਗੇ ਕਿ ਪੰਜਾਬ ਵਿੱਚ ਕਿਹੜੀ ਸਿਆਸੀ ਪਾਰਟੀ ਨੇ ਕਿਹੋ ਜਿਹੇ ਵਾਅਦੇ ਜਾਂ ਐਲਾਨ ਕੀਤੇ। ਕਾਂਗਰਸ ਦੇ ਵਾਅਦੇ। ਕਾਂਗਰਸ ਨੇ ਆਪਣਾ ਮੈਨੀਫੈਸਟੋ 18 ਫਰਵਰੀ ਨੂੰ ਜਾਰੀ ਕੀਤਾ ਸੀ ਅਤੇ ਇਸ ਵਿੱਚ ਮੁਫ਼ਤ ਸਿਲੰਡਰ, ਮੁਫ਼ਤ ਸਿੱਖਿਆ ਅਤੇ ਮੁਫ਼ਤ ਸਿਹਤ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ 13 ਸੂਤਰੀ ਚੋਣ ਮਨੋਰਥ ਪੱਤਰ ਵਿੱਚ ਕਿਹਾ ਕਿ ਸਰਕਾਰ ਬਣਦੇ ਹੀ 1 ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੇਗੀ ਅਤੇ 5 ਸਾਲਾਂ ਵਿੱਚ 5 ਲੱਖ ਲੋਕਾਂ ਨੂੰ ਨੌਕਰੀ ਦਿੱਤੀ ਜਾਏਗੀ। ਔਰਤਾਂ ਨੂੰ ਸਾਲ ਦੇ 8 ਮੁਫ਼ਤ ਸਿਲੰਡਰ ਮਿਲਣਗੇ ਅਤੇ 1100 ਰੁਪਏ ਪ੍ਰਤੀ ਮਹੀਨਾ ਵੀ ਦਿੱਤਾ ਜਾਏਗਾ। ਕੇਬਲ ਦੀ ਮਨੋਪਲੀ ਤੋੜੀ ਜਾਏਗੀ ਅਤੇ ਇਸ ਦੇ ਰੇਟ ਨੂੰ 400 ਤੋਂ 200 ਰੁਪਏ ਪ੍ਰਤੀ ਮਹੀਨਾ 'ਤੇ ਲਿਆਂਦਾ ਜਾਏਗਾ। ਮੱਕੀ, ਤਿਲ ਅਤੇ ਦਾਲ ਦੀ ਫਸਲ ਸਰਕਾਰ ਖਰੀਦੇਗੀ। ਕੱਚੇ ਮਕਾਨਾਂ ਨੂੰ ਪੱਕਾ ਕੀਤਾ ਜਾਏਗਾ। ਸਿਹਤ ਸੇਵਾਵਾਂ ਮੁਫ਼ਤ ਮਿਲਣਗੀਆਂ। ਘਰੇਲੂ ਅਤੇ ਛੋਟੇ ਉਦਯੋਗ ਲਈ 2 ਤੋਂ 12 ਲੱਖ ਤੱਕ ਦਾ ਕਰਜ਼ਾ ਵਿਆਜ ਮੁਕਤ ਮਿਲੇਗਾ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਵੱਖਰੇ ਪੰਜਾਬ ਮਾਡਲ ਦੀ ਗੱਲ ਵੀ ਕੀਤੀ, ਜਿਸ ਵਿੱਚ ਉਹਨਾਂ ਨੇ ਹਰ ਸੁਆਣੀ ਨੂੰ ਪ੍ਰਤੀ ਮਹੀਨੇ 2000 ਰੁਪਏ ਦੇਣ, 5ਵੀਂ ਪਾਸ ਕੁੜੀ ਨੂੰ 5000, 10ਵੀਂ ਪਾਸ ਨੂੰ 15000 ਅਤੇ 12ਵੀਂ ਪਾਸ ਨੂੰ 20000 ਨਕਦ ਐਵਾਰਡ ਦੇਣ ਦਾ ਐਲਾਨ ਕੀਤਾ। ਉਚੇਰੀ ਸਿੱਖਿਆ ਲਈ ਕੁੜੀਆਂ ਨੂੰ ਟੈਬਲੇਟ ਅਤੇ ਕਾਲਜ ਜਾਣ ਲਈ ਸਕੂਟੀ ਦੇਣ ਦਾ ਵੀ ਵਾਅਦਾ ਕੀਤਾ ਗਿਆ। ਜ਼ਮੀਨ ਜਾਇਦਾਦ ਔਰਤਾਂ ਦੇ ਨਾਂ ਕਰਾਉਣ 'ਤੇ ਰਜਿਸਟਰੀ ਦਾ ਕੋਈ ਵੀ ਖਰਚਾ ਨਹੀਂ ਲੈਣ ਦਾ ਵਾਅਦਾ ਕੀਤਾ ਗਿਆ। ਹੁਣ ਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਵਾਅਦਿਆਂ 'ਤੇ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਵੱਲੋਂ ਜਿਨ੍ਹਾਂ ਵਾਅਦਿਆਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਵਿੱਚ ਨੀਲੇ ਕਾਰਡ ਧਾਰਕ ਪਰਿਵਾਰ ਦੀ ਮੁਖੀ ਮਹਿਲਾ ਦੇ ਖਾਤੇ ਵਿੱਚ ਹਰ ਮਹੀਨੇ 2000 ਰੁਪਏ ਆਰਥਿਕ ਮਦਦ ਵਜੋਂ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਹਰ ਵਰਗ ਲਈ 400 ਯੂਨਿਟ ਬਿਜਲੀ ਮੁਫ਼ਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਖੇਤੀ ਵਿੱਚ ਵਰਤੋਂ ਕੀਤੇ ਜਾਣ ਅਤੇ ਟਰੈਕਟਰਾਂ ਲਈ 10 ਰੁਪਏ ਪ੍ਰਤੀ ਲੀਟਰ ਸਸਤਾ ਡੀਜ਼ਲ ਦਿੱਤੇ ਜਾਣ ਦਾ ਵੀ ਵਾਅਦਾ ਕੀਤਾ ਗਿਆ। ਆਮ ਲੋਕਾਂ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਦਾ ਵੀ ਐਲਾਨ ਕੀਤਾ ਗਿਆ। SC ਵਰਗ ਦੇ ਸਾਰੇ ਵਜ਼ੀਫਿਆਂ ਦਾ ਮੁਲਾਂਕਣ ਅਤੇ ਕਾਲਜ ਪੱਧਰ 'ਤੇ ਮੁਫ਼ਤ ਸਿੱਖਿਆ ਸਹੂਲਤ ਯਕੀਨੀ ਬਣਾਉਣ ਦਾ ਵੀ ਐਲਾਨ ਹੋਇਆ। ਸਰਕਾਰੀ ਗਰੰਟੀ 'ਤੇ ਵਿਦਿਆਰਥੀਆਂ ਲਈ 10 ਲੱਖ ਕਰਜ਼ੇ ਦੀ ਸੁਵਿਧਾ ਦਾ ਐਲਾਨ ਹੋਇਆ ਅਤੇ ਵਾਅਦਾ ਕੀਤਾ ਗਿਆ ਕਿ ਸਰਕਾਰ ਵੱਲੋਂ 3 ਸਾਲ ਲਈ ਵਿਆਜ ਵੀ ਸਰਕਾਰ ਹੀ ਭਰੇਗੀ। ਫਸਲ ਖਰਾਬ ਹੋਣ 'ਤੇ ਕਿਸਾਨਾਂ ਲਈ ਪ੍ਰਤੀ ਏਕੜ 50000 ਰੁਪਏ, ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਵੀ ਐਲਾਨੀ ਗਈ। ਇਸ ਤੋਂ ਇਲਾਵਾ ਛੋਟੇ ਉਦਯੋਗਾਂ ਲਈ ਕਰਜ਼ੇ ਦੀ ਵਿਆਜ ਵਿੱਚ ਰਾਹਤ ਅਤੇ ਸਸਤੀ ਬਿਜਲੀ ਦੇਣ ਦਾ ਵੀ ਐਲਾਨ ਕੀਤਾ ਗਿਆ। ਹੁਣ ਇੱਕ ਨਜ਼ਰ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਵੱਲ ਵੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਿਆਸੀ ਵਾਅਦਿਆਂ ਨੂੰ ਗਰੰਟੀਆਂ ਦਾ ਨਾਮ ਦਿੱਤਾ, ਜਿਸ ਵਿੱਚ 24 ਘੰਟੇ ਬਿਜਲੀ ਸਪਲਾਈ, ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ, ਬਕਾਇਆ ਬਿੱਲ ਮਾਫ਼। ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿੱਚ 16000 ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਗਿਆ। ਵਧੀਆ ਅਤੇ ਮੁਫ਼ਤ ਇਲਾਜ ਦਾ ਵੀ ਜ਼ਿਕਰ ਕੀਤਾ ਗਿਆ। 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵੀ ਵਾਅਦਾ ਕੀਤਾ ਗਿਆ। ਹਰ ਬੱਚੇ ਨੂੰ ਪਹਿਲੀ ਤੋਂ ਡਿਗਰੀ ਤੱਕ ਮੁਫ਼ਤ ਸਿੱਖਿਆ ਦੇਣ ਦਾ ਵੀ ਐਲਾਨ ਕੀਤਾ ਗਿਆ। SC ਭਾਈਚਾਰੇ ਦੇ ਬੱਚਿਆਂ ਲਈ ਪੇਸ਼ੇਵਰ ਕੋਰਸਾਂ ਵਿੱਚ ਦਾਖਲੇ ਲਈ ਕੋਚਿੰਗ ਫੀਸ ਭਰਨ ਦਾ ਵੀ ਵਾਅਦਾ ਕੀਤਾ ਗਿਆ। ਇਸ ਤੋਂ ਇਲਾਵਾ SC ਵਰਗ ਦੇ ਬੱਚਿਆਂ ਲਈ ਵਿਦੇਸ਼ ਜਾ ਕੇ ਪੜ੍ਹਨ 'ਤੇ ਪੜ੍ਹਾਈ ਦਾ ਖਰਚ ਸਰਕਾਰ ਵੱਲੋਂ ਚੁੱਕਣ ਦਾ ਵੀ ਵਾਅਦਾ ਹੋਇਆ। ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਵੀ ਵਾਅਦਾ ਹੋਇਆ।
ਖਾਲੀ ਅਸਾਮੀਆਂ ਭਰਨ ਦੀ ਵੀ ਗੱਲ ਆਖੀ ਗਈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਭਾਰਤੀ ਜਨਤਾ ਪਾਰਟੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੇ ਗਠਜੋੜ ਨਾਲ ਚੋਣ ਮੈਦਾਨ ਵਿੱਚ ਉਤਰੀ। ਇਸ ਗਠਜੋੜ ਵੱਲੋਂ ਵਾਅਦਿਆਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ, ਮਹਿਲਾ ਸੁਰੱਖਿਆ ਅਤੇ ਬੇਅਦਬੀ ਦੇ ਮੁੱਦਿਆਂ ਲਈ ਫਾਸਟ ਟਰੈਕ ਕੋਡ ਦਾ ਵਾਅਦਾ ਕੀਤਾ ਗਿਆ। ਗੱਲ ਕਰੀਏ 22 ਕਿਸਾਨ ਜਥੇਬੰਦੀਆਂ ਵਿੱਚੋਂ ਨਿਕਲੇ ਸੰਯੁਕਤ ਸਮਾਜ ਮੋਰਚੇ ਦੀ, ਤਾਂ ਇਸ ਦੀ ਅਗਵਾਈ ਕਰ ਰਹੇ ਬਲਬੀਰ ਸਿੰਘ ਰਾਜੇਵਾਲ ਦਾ ਏਜੰਡਾ ਮੁੱਖ ਤੌਰ 'ਤੇ 3 ਨੁਕਾਤੀ ਹੈ, ਜਿਸ ਦੇ ਤਹਿਤ ਸੰਯੁਕਤ ਸਮਾਜ ਮੋਰਚਾ ਆਮ ਬੰਦੇ ਦੀ ਅਹਿਮੀਅਤ ਵਾਲੀ ਸਿਆਸਤ ਕਰੇਗਾ ਅਤੇ ਸਿਸਟਮ ਵਿੱਚ ਭਰੋਸਾ ਪੈਦਾ ਕਰੇਗਾ। ਪੰਜਾਬ ਵਿੱਚ ਰੇਤ ਬਜਰੀ, ਸ਼ਰਾਬ ਮਾਫੀਆ ਨੂੰ ਖਤਮ ਕਰਕੇ ਕਰਜ਼ੇ ਦੇ ਮਾਰੇ ਸੂਬੇ ਲਈ ਆਮਦਨ ਦੇ ਸਰੋਤ ਪੈਦਾ ਕੀਤੇ ਜਾਣਗੇ। ਸੰਯੁਕਤ ਸਮਾਜ ਮੋਰਚਾ ਨੇ ਇਹ ਵੀ ਵਾਅਦਾ ਕੀਤਾ ਕਿ ਸਰਕਾਰ ਬਣੀ ਤਾਂ ਕਿਸਾਨਾਂ ਲਈ MSP ਯਕੀਨੀ ਬਣਾਈ ਜਾਏਗੀ। ਦਾਲਾਂ ਅਤੇ ਖਾਣ ਵਾਲੇ ਤੇਲਾਂ ਦੀਆਂ ਫਸਲਾਂ ਨੂੰ MSP 'ਤੇ ਖਰੀਦ ਕੇ ਸਰਕਾਰ ਖੁਦ ਟ੍ਰੇਡਿੰਗ ਕਰੇਗੀ।